ਜਿਹੜੀ 2 ਬੋਨ ਪਲਸ ਪੋਲੀਓ ਮੁਹਿੰਮ ਦੇ ਲਈ ਬੱਚਿਆਂ ਨੂੰ ਆਪਾਂ ਦਿੰਦੇ ਹਾਂ। ਔਰ ਅਸੀਂ ਦੇਖਦੇ ਹਾਂ ਬਹੁਤ ਸਾਰੇ ਬੱਚੇ ਜਿਹੜੇ ਬਾਅਦ 'ਚ ਉਹਨਾਂ ਪਹਿਲਾਂ ਨਜ਼ਰ ਆਉਂਦੇ ਸੀ, ਬਹੁਤ ਸਾਰਾ WHO ਵੀ ਇਹਨੂੰ ਕਵਰ ਕਰ ਗਿਆ ਔਰ ਬੜੀ ਵੱਡੀ ਮੁਹਿੰਮ ਚੱਲਦੀ ਰਹੀ ਹੈ ਸਕੂਲਾਂ 'ਚ ਲੈ ਕੇ ਅੱਜ ਇਹਨਾਂ ਸ਼ੁਰੂਆਤ ਕੀਤੀ ਹੈ। ਇਹਦੇ ਤਹਿਤ ਬੱਚਿਆਂ ਨੂੰ ਜਿਹੜੇ ਅੱਜ 2 ਬੋਨ ਜਿਹੜੇ ਪਲਸ ਪੋਲੀਓ ਤਹਿਤ ਦਿੱਤੇ ਗਏ, ਮੈਨੂੰ ਲੱਗਦਾ ਇਹਨੂੰ ਅਸੀਂ ਕੰਟੀਨਿਊਸ ਕਰਦੇ ਹਾਂ। ਸੋ ਮੈਂ ਜਿੰਨੀਆਂ NGOs ਹੈ ਔਰ ਸਿਵਲ ਹੋਸਪਿਟਲ ਦੀ ਜਿੰਨੀ ਬੋਡੀ ਹੈ ਇਹਨਾਂ ਦਾ ਧੰਨਵਾਦ ਕਰਦਾ ਵੀ ਇਹ ਤੇ ਬੜੇ ਸੀਰੀਅਸਲੀ ਕੰਮ ਕਰਦੇ ਆ। ਔਰ ਕਿਉਂਕਿ ਇਹ 'ਚ ਅਗਰ ਇੱਕ ਬੱਚਾ ਵੀ ਰਹਿ ਗਿਆ ਤੇ ਉਹਦਾ ਨੁਕਸਾਨ ਹੋਣ ਦਾ ਖਤਰਾ ਫਿਰ ਉਨਾ ਹੀ ਬਣਿਆ ਰਹਿੰਦਾ। ਸੋ ਮੈਂ ਜਿੰਨੀਆਂ ਵੀ NGOs ਹੈ ਜਿੰਨੇ ਅੱਜ ਕਰ ਰਹੇ ਹੋਣ ਇਸ ਮੁਹਿੰਮ ਦੇ ਤਹਿਤ, ਉਹਨਾਂ ਨੂੰ ਕਹਿੰਦਾ ਵੀ ਉਹਨਾਂ ਨੂੰ ਆਪਾਂ 100% ਕਵਰ ਕਰਨਾ ਇਸ ਚੀਜ਼। ਸੋ ਬਹੁਤ ਬਹੁਤ ਮੈਂ ਪਹਿਲਾਂ ਮੈਂ ਗੱਲ ਕੀਤੀ ਆ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਹੜੇ ਆ ਉਹ ਲੋਕਾਂ ਦੀ ਸਿਹਤ ਲਈ ਔਰ An excellent coaching point in IELTS and spoken English. Also expert in study and visitor visa. Government approved. SS Group. Session Chowk, Hoshiarpur. ਲੋਕਾਂ ਨੂੰ ਰੋਡ ਐਕਸੀਡੈਂਟ ਤੋਂ ਬਚਾਉਣ ਦੇ ਲਈ ਵੀ ਅੱਜ ਜਿਹੜੀ SSF ਖੜੀ ਕੀਤੀ ਗਈ ਹੈ ਉਹਦੇ ਬਹੁਤ ਅੱਛੇ ਰਿਜ਼ਲਟ ਨਜ਼ਰ ਆ ਰਹੇ ਆ। ਅਸੀਂ ਰਲ ਕੇ ਕੰਮ ਕਰਨਾ ਸਾਰਿਆਂ ਨੇ, ਕਿਉਂਕਿ ਕੋਈ ਬਿਨਾਂ ਸਾਰਿਆਂ ਦੀ ਕੰਟਰੀਬਿਊਸ਼ਨ ਤੋਂ ਕੰਮ ਕੰਪਲੀਟ ਨਹੀਂ ਹੁੰਦਾ। ਗਵਰਨਮੈਂਟ ਆਪਣੇ ਫਾਰਮ 'ਚ ਕੰਮ ਕਰਦੀ ਹੈ, ਐਡਮਿਨਿਸਟ੍ਰੇਸ਼ਨ ਆਪਣੇ ਫਾਰਮ 'ਚ ਕਰਦੀ ਹੈ, ਚਾਹੇ ਸਿਵਲ ਹੋਸਪਿਟਲ ਦੀ ਆ ਜਾਂ ਜ਼ਿਲ੍ਹਾ ਐਡਮਿਨਿਸਟ੍ਰੇਸ਼ਨਾਂ ਹੁੰਦੀਆਂ, ਤੇ ਲੇਕਿਨ ਸਹਿਯੋਗ ਸਾਰਿਆਂ ਦਾ ਚਾਹੀਦਾ ਹੁੰਦਾ। ਸੋ ਮੈਂ ਹਾਂ 829 ਜਿਹੜੇ ਆਮ ਆਦਮੀ ਕਲੀਨਿਕ ਹੈ ਉਹਦੇ 'ਚ ਜਿਹੜਾ ਗਵਰਨਮੈਂਟ ਕੋਲ ਡਾਟਾ ਇਸ ਵੇਲੇ ਮੈਂ ਕਿਹਾ 1 ਕਰੋੜ ਤੋਂ ਜ਼ਿਆਦਾ ਲੋਕ ਉਹਦਾ ਲਾਭ ਉਠਾ ਚੁੱਕੇ ਆ। 84 ਤਰ੍ਹਾਂ ਦੀਆਂ ਮੈਡੀਸਨ, ਬਹੁਤ ਅੱਛਾ ਵਾਤਾਵਰਨ, AC ਵਾਤਾਵਰਨ ਉੱਥੇ ਪੀਣ ਵਾਲੇ ਪਾਣੀ ਨਹੀਂ ਮਾਰੋ ਲੱਗੇ ਆ, ਬਹੁਤ ਅੱਛਾ ਬਹਿਣ ਦਾ ਸਿਸਟਮ ਮਰੀਜ਼ ਦਾ ਜੀ, MBBS ਡਾਕਟਰ ਨਾਲ ਸਟਾਫ, ਠੀਕ ਹੈ ਨਾ ਜੀ। ਔਰ 43 ਤਰ੍ਹਾਂ ਦੇ 40 ਤੋਂ ਉੱਤੇ ਟੈਸਟ ਉੱਥੇ ਤੁਸੀਂ ਹੁੰਦੇ ਪਏ ਆ। ਔਰ ਸਭ ਤੋਂ ਵੱਡੀ ਗੱਲ ਹੈ ਲੋਕ ਅੱਗੇ ਪ੍ਰੀਲਿਮਨਰੀ ਅਗਲੇ ਨੂੰ ਕਵਲਾ ਕਵਰ ਕੀਤਾ ਜਾਂਦਾ, ਉਹਦੇ ਬਹੁਤ ਅੱਛੇ ਰਿਜ਼ਲਟ ਆ। ਸਰਕਾਰ ਕੋਲ ਡਾਟਾ ਜਾ ਰਿਹਾ ਬਿਮਾਰੀ ਦਾ ਉਹਦੇ ਨਾਲ ਇਸ ਏਰੀਏ 'ਚ ਪਰਟੀਕੁਲਰ ਕਿਹੜਾ ਰੋਗ ਜਿਹੜਾ ਹੈ, ਇਹਦੇ ਬਹੁਤ ਅੱਛੇ ਰਿਜ਼ਲਟ ਨਜ਼ਰ ਆਏ ਹੈ ਔਰ ਆ ਰਹੇ ਆ ਔਰ ਲੋਕ ਉਹਦਾ ਫਾਇਦਾ ਉਠਾ ਰਹੇ, ਲੋਕ ਬਹੁਤ ਖੁਸ਼ ਹੈ ਸੀ। ਮੁੱਖ ਮੰਤਰੀ ਔਰ ਮਾਨਯੋਗ ਅਰਵਿੰਦ ਕੇਜਰੀਵਾਲ ਸਾਹਿਬ ਨੇ ਕੱਲ੍ਹ ਜਲੰਧਰ ਦੇ ਵਿੱਚ ਵੀ ਜਿਹੜਾ ਸਮਰਪਿਤ ਕੀਤਾ ਇੱਕ ਆਮ ਆਦਮੀ ਕਲੀਨਿਕ ਜਿਹਨੂੰ ਆਪਾਂ ਕਹਿ ਰਹੇ ਹਾਂ, ਉਹ ਤਾਂ ਵਰਲਡ ਮਾਡਲ ਬਣ ਗਿਆ ਮੈਂ ਕਹਿ ਸਕਦਾ ਉਹਦੇ ਲਈ। ਔਰ ਜਿਹੜਾ ਬਾਹਰਲੀਆਂ ਕੰਟਰੀਆਂ ਉਹ ਵੀ ਅੱਜ ਇਸ ਮੁਹਿੰਮ ਨੂੰ ਦੇਖਦੀਆਂ ਪਈਆਂ। ਔਰ ਵੱਡੀ ਗੱਲ ਸੀ, ਮੈਂ ਉੱਥੇ ਪਰਸੋਂ ਬਸੀ ਗੁਲਾਮ ਸੈਂਸ ਅਸੀਂ ਕੀਤਾ, ਸਿਵਲ ਸਰਜਨ ਸਾਹਿਬ ਸਾਰਾ ਸਟਾਫ ਨਾਲ ਸੀਗਾ ਉੱਥੇ। ਵੱਡੀ ਗੱਲ ਇਹ ਕੀ ਗਈ, SMO ਸਾਹਿਬ ਨੇ ਉੱਥੇ ਸੀਗੇ, ਉਹਨਾਂ ਨੇ ਗੱਲ ਕਹੀ, ਕਹਿੰਦੇ ਜੀ ਅਸੀਂ ਤਾਂ ਉਹਨਾਂ ਡਿਸਪੈਂਸਰੀਆਂ 'ਚ ਇਹਨਾਂ ਸਰਕਾਰਾਂ 'ਚ ਕੰਮ ਕੀਤਾ ਜਿਹੜੀਆਂ ਪਿਛਲੀਆਂ ਗਈਆਂ ਜਿੱਥੇ ਪੱਖਾ ਵੀ ਆਪਣੀ ਮਰਜ਼ੀ ਨਾਲ ਚੱਲਦਾ ਸੀ। ਸੋ ਅੱਜ ਉੱਥੇ AC ਲੋਕਾਂ ਨੂੰ ਬੈਠਾ। ਸੋ ਵੱਡੀ ਗੱਲ ਹੈ, ਇਹ ਦੇਖੋ ਇਹ ਤਾਂ ਖੁਦ ਡਾਕਟਰਸ ਨੇ ਆ ਕੇ ਅੱਗੇ ਗੱਲ ਕਹੀ ਵੀ ਦੇਖੋ ਕਈ ਮਾਹੌਲ ਸੀਗਾ ਔਰ ਅੱਜ ਕੀ ਹੈ ਪੰਜਾਬ ਦੇ ਵਿੱਚ। ਸੋ ਬਹੁਤ ਬਹੁਤ ਧੰਨਵਾਦ ਹੈ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ, ਪੰਜਾਬ ਦੀ ਪਬਲਿਕ ਕਰ ਰਹੀ।